ਤੂੰ ਆਪਣੇ ਪਰਵਰਦੀگار ਕੀ ਕੌਣ ਕੌਣ ਸੀ ਨੀਮਤਾਂ ਕੋ ਜੁਟਲਾਉਗੇ ਦੇਖੋ ਦੋਸਤੋ ਮਾਸ਼ਾਅੱਲਾ ਅਸਲਾਮੁਅਲੈਕਮ ਦੋਸਤੋ ਅੱਜ ਦਾ ਵੀਲੋਗ ਕਰਦਾ ਸ਼ੁਰੂ ਤੇ ਯਾਰ ਸਭ ਤੋਂ ਪਹਿਲੇ ਰਮਜ਼ਾਨ ਦਾ ਮਹੀਨਾ ਬਹੁਤ ਬਹੁਤ ਮੁਬਾਰਕ ਹੋਵੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਰਹਿਮਤ ਵਾਲਾ ਮਹੀਨਾ ਵਾ ਰਹਿਮਤ ਵਾਲਾ ਮਹੀਨਾ ਵਾ ਸਭ ਤੋਂ ਵੱਡੀ ਗੱਲ ਕਿ ਬਖਸ਼ਿਸ਼ ਦਾ ਮਹੀਨਾ ਵਾ ਤੇ ਅੱਲਾ ਪਾਕ ਅੱਗੇ ਦੁਆ ਕਰੋ ਗੁਨਾਹਾਂ ਦੀਆਂ ਮਾਫੀਆਂ ਮੰਗੋ ਤੇ ਰੋਜ਼ੇ ਰੱਖੋ ਕਰਾਵੀਆਂ ਪੜੋ ਤੇ ਨਮਾਜ਼ਾਂ ਪੜੋ ਅੱਲਾਹ ਪਾਕ ਅਕੀ ਦੁਆ ਕਰੋ ਸਭ ਤੋਂ ਪਹਿਲੇ ਤੁਹਾਡੇ ਜਿਹੜੇ ہمسਾਏ ਆ ਅਜ਼ੀਜ਼ ਆ ਉਹਨਾਂ ਵਾਸਤੇ ਦੁਆ ਕਰੋ ਉਸ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਵਾਸਤੇ ਦੁਆ ਕਰੋ ਉਸ ਤੋਂ ਬਾਅਦ ਦੋਸਤਾਂ ਵਾਸਤੇ ਦੁਆ ਕਰੋ ਫਿਰ ਜਿਹੜਾ ਆਪਣੇ ਫੈਮਲੀ ਵਾਸਤੇ ਦੁਆ ਕਰੋ ਤੇ ਅੱਲਾਹ ਪਾਕ ਜਿਹੜੇ ਆ ਤੁਹਾਡੇ ਉਹਨਾਂ ਦੇ ਸਦਕੇ ਸਾਨੂੰ ਵੀ ਮਾਫ ਕਰ ਤੇ ਅੱਲਾਹ ਪਾਕ ਤੁਹਾਨੂੰ ਮਾਫ ਕਰਨਗੇ ਇਹ ਸਭ ਤੋਂ ਪਹਿਲੇ ਆਪਣੇ ہمسਾਇਆ ਵਾਸਤੇ ਦੁਆ ਮੰਗੀ ਦੀ ਆ ਦੋਸਤਾਂ ਵਾਸਤੇ ਰਿਸ਼ਤੇਦਾਰਾਂ ਵਾਸਤੇ ਫਿਰ ਆਪਣੇ ਵਾਸਤੇ ਮੰਗੀ ਦੀ ਆ ਤੇ ਬਾਕੀ ਨੇ ਕੰਮ ਕਰੋ ਛੇ ਕੰਮ ਕਰੋ ਤੇ ਬਾਕੀ ਰੋਜ਼ਾ ਦੱਸੋ ਅੱਜ ਕਿਹਦਾ ਵਾ ਚੂੜਨੀ ਬੋਲਣਾ ਕਮੈਂਟ ਬਾਕਸ ਚ ਜ਼ਰੂਰ ਦੱਸਣਾ ਵਾ ਕਿ ਰੋਜ਼ਾ ਅੱਜ ਕਿਹਦਾ ਕਿਹਦਾ ਵਾ ਤੇ ਬਾਕੀ ਤੁਹਾਡੇ ਰੋਜ਼ੇ ਕਿਵੇਂ ਗੁਜ਼ਰ ਰਹੇ ਆ ਅੱਛੇ ਗੁਜ਼ਰ ਰਹੇ ਆ ਤੇ ਮੇਰੇ ਤੇ ਬਹੁਤ ਅੱਛੇ ਗੁਜ਼ਰ ਰਹੇ ਆ ਬਾਕੀ ਦੋਸਤੋ ਤੁਹਾਨੂੰ ਮੈਂ ਪਿਛਲੇ ਵਲੋਗ ਚ ਦੱਸਿਆ ਸੀਗਾ ਕਿ ਜ਼ਮੀਨ ਜਿਹੜੀ ਆਪਣੀ ਤਿਆਰ ਹੋ ਚੁੱਕੀ ਸੀਗੀ ਤੇ ਵਟਾਂ ਕੱਢਣ ਵਾਲੀਆਂ ਰਹਿ ਗਈਆਂ ਸੀਗੀਆਂ ਤੇ ਕਪਾਹ ਦਾ ਜਿਹੜਾ ਬੀਜ ਆ ਉਹ ਲਗਾਉਣ ਵਾਲਾ ਰਹਿ ਗਿਆ ਸੀਗਾ ਤੇਦਰਸਲ ਉਹ ਵਲੋਗ ਜਿਹੜਾ ਮੈਂ ਮਿਸ ਕਰਤਾ ਵਾ ਪਰसों ਰੋਜ਼ਾ ਬਹੁਤ ਜ਼ਿਆਦਾ ਲੱਗ ਗਿਆ ਸੀਗਾ ਇਸ ਕਰਕੇ ਜਿਹੜਾ ਕੰਮ ਵੀ ਕਾਫੀ ਜ਼ਿਆਦਾ ਸੀ ਪਰਸੋਂ ਤੇ ਬਾਜ਼ਾਰ ਵੀ ਜਾਣਾ ਸੀਗਾ ਇਸ ਕਰਕੇ ਰੋਜ਼ਾ ਲੱਗ ਗਿਆ ਸੀ ਤੇ ਮੈਂ ਵਲੋਗ ਜਿਹੜਾ ਨਹੀਂ ਬਣਾ ਸਕਿਆ ਉਹਦੇ ਵਾਸਤੇ ਮੈਂ ਜਾਨਾ ਮਾਜ਼ਰਤ ਬਾਕੀ ਵਟਾਂ ਵੀ ਜਿਹੜੀਆਂ ਮੈਂ ਆਪਣੀਆਂ ਨਿਕਲ ਗਈਆਂ ਵਾ ਔਰ ਬੀਜ ਵੀ ਲੱਗ ਗਏ ਆ ਤੇ ਔਰ ਪਾਣੀ ਵੀ ਲੱਗ ਗਿਆ ਵਾ ਤੇ ਉਸ ਤੋਂ ਬਾਅਦ ਵੱਡੀ ਗੱਲ ਆ ਕਿ ਗੰਦ ਮਾਰਦੀ ਜਿਹੜੀ ਸਪਰੇ ਹੁੰਦੀ ਨਾ ਘਾਸ ਮਤਲਬ ਜਿਹੜਾ ਵਾ ਘਾਸੋਗ ਦਾ ਉਹਦੀ ਸਪਰੇ ਵੀ ਕਰਤੀ ਆ ਤੇ ਉਹ ਮੈਂ ਤੁਹਾਨੂੰ ਦੁਖਾਣਾ ਮਤਲਬ ਮਿਸ ਕਰਦਾ ਤੇ ਬਾਕੀ ਕੋਈ ਨਹੀਂ ਬਟ ਹੁੰਦਾ ਰਹਿੰਦਾ ਤੇ ਉਹ ਮੈਂ ਤੁਹਾਨੂੰ ਹੁਣ ਦੁਖਾਣਾ ਵਾ ਕਿ ਵਟਾਂ ਜਿਹੜੀਆਂ ਆਪਾਂ ਕੱਢ ਲਈਆਂ ਵਾ ਬੀਜ ਵੀ ਲਗਾ ਲਿਆ ਪਾਣੀ ਵੀ ਲਗਾ ਲਿਆ ਵਾ ਤੇ ਸਪਰੇ ਵੀ ਮਾਸ਼ਾਅੱਲਾ ਜਿਹੜੀ ਕੱਲ ਲਈ ਆ ਤੇ ਬਾਕੀ ਆ ਜੋ ਤੁਹਾਨੂੰ ਇਤਖਾਨੇ ਚੱਲ ਕੇ ਬਾਕੀ ਰੋਜ਼ੇ ਰੱਖੋ ਜਿਆਦਾ ਤੋਂ ਜਿਆਦਾ ਅੱਲਾ ਪਾਕਾ ਕੀ ਦੁਆ ਕਰੋ ਆਪਣੇ ਵਾਸਤੇ ਵੀ ਕਰੋ ਤੇ ਮੇਰੇ ਵਾਸਤੇ ਵੀ ਜ਼ਰੂਰ ਕਰਿਓ ਕਿ ਅੱਲਾ ਪਾਕ ਮੈਨੂੰ ਕਾਮਯਾਬ ਕਰਨ ਬਾਕੀ ਮੈਂ ਜਿਹੜਾ ਵਾ ਮਿਹਨਤ ਕਰ ਰਿਹਾ ਵਾ ਵਿਲੋ ਕਰ ਰਿਹਾ ਮੈਂ ਤੁਹਾਡੇ ਵਾਸਤੇ ਤੇ ਦੁਆ ਕਰੋ ਅੱਲਾਹ ਪਾਕ ਅੱਗੇ ਅੱਲਾਹ ਪਾਕ ਜਿਹੜਾ ਮੈਨੂੰ ਜਲਦੀ ਤੋਂ ਜਲਦੀ ਜਿਹੜਾ ਵਾ ਕਾਮਯਾਬ ਕਰਨ ਤੇ ਬਾਕੀ ਮੈਂ ਤੁਹਾਡੇ ਵਾਸਤੇ ਵੀ ਦੁਆ ਕਰੂੰਗਾ ਤੇ ਅੱਲਾਹ ਪਾਕ ਇਨਸ਼ਾਅੱਲਾ ਤੁਹਾਨੂੰ ਵੀ ਜਿਹੜਾ ਵਾ ਕਾਮਯਾਬ ਕਰਨਗੇ ਤੇ ਜਿਨੇ ਵੀ ਮੇਰੇ ਦੋਸਤ ਮੇਰਾ ਵਲੋਗ ਦੇਖਦੇ ਆ ਉਹਨਾਂ ਵਾਸਤੇ ਮੈਂ ਜ਼ਰੂਰ ਦੁਆ ਕਰੂੰਗਾ ਤੇ ਬਾਕੀ ਅ ਬਾਕੀ ਜਿਹੜਾ ਵਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਮੇਰਾ ਜਿਹੜਾ ਨਵਾਂ ਵਲੋਗ ਆ ਟਾਡੇ ਕੋਲ ਸਭ ਤੋਂ ਪਹਿਲੇ ਪਹੁੰਚੇ ਤੇ ਜਿਆਦਾ ਤੋਂ ਜਿਆਦਾ ਆਪਣੇ ਦੋਸਤਾਂ ਦੇ ਨਾਲ ਵੀ ਜਿਹੜਾ ਨਾ ਸ਼ੇਅਰ ਕਰਿਆ ਕਰੋ ਵਲੋਗ ਬਾਕੀ ਤੁਹਾਨੂੰ ਹੁਣ ਮੈਂ ਉੱਤਰ ਜਾ ਰਿਹਾ ਵਾਂ ਤੁਹਾਨੂੰ ਮੈਂ ਚੱਲ ਕੇ ਦਿਖਾਣਾ ਬਾਕੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਪਾਹ ਜਿਹੜੀ ਆਪਾਂ ਬੀਜਤੀ ਆ ਇਹ ਦੇਖੋ ਫੱਟਾਂ ਵੀ ਮਾਸ਼ਾਅੱਲਾ ਕੱਟਦੀ ਆ ਮੈਂ ਬੀਜ ਵੀ ਲਗਾਤਾ ਵਾ ਪਾਣੀ ਵੀ ਲਗਾਤਾ ਵਾ ਔਰ ਇੱਕ ਦਫਾ ਜਿਹੜੀ ਸਪਰੇ ਵੀ ਕਰਵਾਤੀ ਆ ਸਾਰਾ ਕੁਝ ਜਿਹੜਾ ਨਾ ਤੁਹਾਡੇ ਬਾਈ ਨੇ ਮਿਸ ਕਰਤਾ ਪਰ ਕੋਈ ਨਹੀਂ ਚੱਲਦਾ ਰਹਿੰਦਾ ਵਾ ਇਹ ਦੇਖੋ ਮਾਸ਼ਾਅੱਲਾ ਅਬੀਜ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਲੱਗਿਆ ਹੋਇਆ ਇਹ ਦੇਖੋ ਇਹ ਨਿਸ਼ਾਨ ਨਜ਼ਰ ਆ ਰਹੇ ਨੇ ਤੁਹਾਨੂੰ ਇੱਥੇ ਜਿਹੜਾ ਬੀਜ ਲੱਗਾ ਵਾ ਇਹ ਦੇਖੋ ਇਹ ਨਿਸ਼ਾਨ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਇੱਥੇ ਬੀਜ ਲੱਗਾ ਵਾ ਬਾਕੀ ਸਾਰਾ ਕੁਝ ਜਿਹੜਾ ਨਾ ਦੇਖੋ ਇਹ ਦੇਖੋ ਮਾਸ਼ਾਅੱਲਾ ਸਯਾਰ ਹੁਣ ਮੈਂ ਆ ਗਿਆ ਮੈਂ ਆਪਣੇ ਦੂਸਰੇ ਖੇਤ ਗੰਧਮ ਨੂੰ ਕਰਵਾਣੀ ਸੀਗੀ ਸਪਰੇ ਤੇ ਬਾਕੀ ਤੁਸੀਂ ਗੰਧਮ ਪਿੱਛੇ ਮੇਰੇ ਦੇਖ ਸਕਦੇ ਹੋ ਅਦੇਖੋ ਮਾਸ਼ਾਅੱਲਾ ਅਦੇ ਕੋਈਦਰ ਵੀ ਇਹ ਦੇਖੋ ਪਿੱਛੇ ਮਾਸ਼ਾਅੱਲਾ ਤੇ ਸਪਰੇ ਜਿਹੜੀ ਆ ਅਬੂ ਜਾਨ ਨੇ ਕਰਵਾ ਦਿੱਤੀ ਆ ਤੇ ਮੈਂ ਸੋਚੇ ਸੀਗਾ ਕਿਉਂ ਨਾ ਦੂਸਰੇ ਖੇਤ ਵੀ ਚੱਕਰ ਸ਼ਕਲ ਲਾ ਲਈਏ ਤੇ ਬਾਕੀ ਸਪਰੇ ਸਪਰੇ ਦੇ ਪਿੱਛੇ ਮੈਂ ਆਇਆ ਸੀਗਾ ਤੇ ਸਪਰੇ ਜਿਹੜੀ ਆ ਹੋ ਚੁੱਕੀ ਆ ਤੇ ਬਾਕੀ ਤੁਸੀਂ ਦੇਖਿਆ ਵਾ ਕਿ ਕਪਾਹ ਵੀ ਜਿਹੜੀ ਆ ਆਪਣੀ ਮੁਕੰਮਲ ਤਰੀਕੇ ਦੇ ਨਾਲ ਜਿਹੜੀ ਆ ਲੱਗ ਚੁੱਕੀ ਆ ਤੇ ਬਾਕੀ ਵਕਤ ਦੇ ਨਾਲ ਨਾਲ ਜਿਹੜਾ ਸਾਰਾ ਪ੍ਰੋਸੀਜਰ ਮੈਂ ਤੁਹਾਨੂੰ ਦਿਖਾਉਂਦਾ ਜਾਊਂਗਾ ਤੇ ਜਦੋਂ ਕੁਪਾ ਦਾ ਛੋਟਾ ਛੋਟਾ ਜਦੋਂ ਪਤਾ ਨਿਕਲਿਆ ਨਾ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਵਕਤ ਦੇ ਨਾਲ ਨਾਲ ਜਿਹੜਾ ਨਾ ਸਾਰਾ ਪ੍ਰੋਸੀਜਰ ਤੁਹਾਨੂੰ ਮੈਂ ਦਿਖਾਉਂਦਾ ਜਾਊਂਗਾ ਤੇ ਬਾਕੀ ਅਸੀਂ ਇਧਰ ਬੀਜੀ ਹੋਈ ਆ ਸਬਜ਼ੀ ਤੇ ਮੈਂ ਸੋਚਿਆ ਕਿ ਉਹਨਾਂ ਤੁਹਾਨੂੰ ਸਬਜ਼ੀ ਵੀ ਦਿਖਾ ਦੇ ਦਿਖਾ ਦਿੱਤੀ ਜਾਵੇ ਤੇ ਸਬਜ਼ੀ ਤੁਹਾਨੂੰ ਮੈਂ ਦਿਖਾਉਣਾ ਅਸੀਂ ਕਿਹੜੀ ਕਿਹੜੀ ਸਬਜ਼ੀ ਬੀਜੀ ਆ ਤੇ ਬਾਕੀ ਆਜੋ ਹੁਣ ਸਬਜ਼ੀ ਨਾਲ ਚੱਲਦੇ ਆਂ ਦੋਸਤੋ ਮੈਂ ਐਸ ਵੱਟ ਤੇ ਤੁਰ ਕੇ ਜਾ ਰਿਹਾ ਹਾਂ ਇਹ ਵਾਲੀ ਵੱਟ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਵਾਲੀ ਵੱਟ ਇਸ ਵੱਟ ਤੇ ਮੈਂ ਤੁਰ ਕੇ ਜਾ ਰਿਹਾ ਹਾਂ ਤੇ ਇਹੇ ਤੋੜੋ ਤੋੜ ਨਾ ਵੱਟ ਦੇ ਨਾਲੋਂ ਨਾਲ ਜਿਹੜੀ ਆ ਇਹ ਜੜੀ ਬੁੱਟੀ ਲੱਗੀ ਹੋਈ ਆ ਇਹ ਵਾਲੀ ਇਹਦੇ ਨਾਲ ਜਿਹੜੇ ਨਾ ਬਰੀਕ ਬਰੀ ਕੰਡੇ ਲੱਗੇ ਆ ਬਹੁਤ ਹੀ ਖਤਰਨਾਕ ਆ ਜੜੀ ਬੁੱਟੀ ਤੇ ਬਾਕੀ ਮੈਨੂੰ ਇਹਦਾ ਯਾਦ ਨਹੀਂ ਆ ਨਾਮ ਪਹਿਲਾਂ ਯਾਦ ਸੀ ਹੁਣ ਨਹੀਂ ਯਾਦ ਤੇ ਇਹ ਦੇਖੋ ਇਹ ਮੇਰੀ ਲੱਤ ਜਿਹੜੀ ਨਾਲੋਂ ਨਾਲ ਛਿੱਲੀ ਜਾ ਰਹੀ ਆ ਜਿੱਦਾਂ ਜਿੱਦਾਂ ਮੈਂ ਤੁਰ ਰਿਹਾ ਉਦਾਂ ਦਾ ਲੱਤ ਤੇ ਕਾਫੀ ਜ਼ਿਆਦਾ ਲੱਗ ਰਹੀ ਆ ਤੇ ਬਾਕੀ ਤੁਸੀਂ ਅਗਰ ਤੁਹਾਨੂੰ ਇਹਦਾ ਨਾਮ ਪਤਾ ਵਾ ਕਮੈਂਟ ਬਾਕਸ ਦੇ ਵਿੱਚ ਜਿਹੜਾ ਨਾ ਜ਼ਰੂਰ ਦੱਸਣਾ ਮੈਂ ਤੁਸੀਂ ਤੇ ਇਹ ਦੇਖੋ ਬਹੁਤ ਹੀ ਬਾਈ ਸਾਹਿਬ ਖਤਰਨਾਕ ਇਹ ਟੋੜੋ ਟੋੜ ਜਿਹੜੀ ਨਾ ਵਟ ਦੇ ਨਾਲ ਲੱਗੀ ਹੈ ਤੇ ਇਸ ਤਰੀਕੇ ਦੇ ਨਾਲ ਜਿਹੜੀ ਨਾ ਮੈਂ ਜਦੋਂ ਤੁਰਦਾ ਲੱਤ ਦੇ ਨਾਲ ਇਸ ਤਰੀਕੇ ਦੇ ਨਾਲ ਲੱਗਦੀ ਹੈ ਤੇ ਬਹੁਤ ਹੀ ਜ਼ਿਆਦਾ ਜਿਹੜੀ ਨਾ ਕੰਮ ਖਰਾਬ ਹੈ ਦਾ ਦੋਸਤੋ ਜਿੱਦਾਂ ਆਪਾਂ ਆਲੂ ਛਿੱਲੀ ਦਾ ਛੁਰੀ ਦੇ ਨਾਲ ਜਿੱਦਾਂ ਆਲੂ ਛਿੱਲੀ ਦਾ ਵਾ ਤੇ ਉਦਾਂ ਹੀ ਜਿਹੜੀ ਬੂਟੀ ਜਿਹੜੀ ਨਾ ਮੇਰੀ ਲੱਤ ਛਲ ਰਹੀ ਹੈ ਭਾਈ ਸਾਹਿਬ ਬਹੁਤ ਹੀ ਜ਼ਿਆਦਾ ਜਿਹੜੀ ਨਾ ਲੱਗ ਰਹੀ ਹੈ ਮੈਂ ਚੱਲ ਕੇ ਜਾ ਰਿਹਾ ਮੈਂ ਵਟ ਦੇ ਨਾਲ ਨਾਲ ਤੇ ਬਹੁਤ ਹੀ ਜ਼ਿਆਦਾ ਜਿਹੜੀ ਨਾ ਲੱਗ ਰਹੀ ਹੈ ਸੋ ਯਾਰ ਦੋਸਤੋ ਇਹ ਦੇਖੋ ਮਾਸ਼ਾਅੱਲਾ ਆਪਣੀ ਸਬਜ਼ੀ ਇਹ ਦੇਖੋ ਮਾਸ਼ਾਅੱਲਾ ਇਹ ਲਸਣ ਇਹ ਦੇਖੋ ਮਾਸ਼ਾਅੱਲਾ ਇਹ ਇੱਕ ਕਿਹੜੀ ਹੈ 2 3 4 5 6 7 8 9 10 ਟੋਟਲ ਜਿਹੜੀਆਂ ਮੈਂ ਦੋਸਤੋ 10 ਕਿਹੜੀਆਂ ਮਾਸ਼ਾਅੱਲਾ ਇਹ ਦੇਖੋ ਇਹ ਦੇਖੋ ਮਾਸ਼ਾਅੱਲਾ ਇਹਦੀ ਸਫਾਈ ਕੀਤੀ ਹੋਈ ਦੋਸਤੋ ਇੱਥੇ ਮਿਹਨਤ ਬਹੁਤ ਹੋਈ ਹੈ ਗੋਡੀਆਂ ਬਹੁਤ ਜ਼ਿਆਦਾ ਸੀ ਕੀਤੀਆਂ यह देखो ए हैगी सौ वट दे जी लाई हुई है यह देखो ऐ अगे जनिया ज निर चुकिया वा निसर के जरा सुा धनिया बनता वा जिन्हों सुा धनिया कहने देखो ऐ तो एद नजर आ भी रहा होना वह देखो ਇਤਨੀ ਬੰਦਾ ਵਾ ਇਹ ਦੇਖੋ ਮਾਸ਼ਾਅੱਲਾ ਅੱਗੇ ਵੀ ਜਿਹੜੀ ਆ ਸੌਂਫ ਆ ਦੋਸਤੋ ਤਕਰੀਬਨ ਤੋਂ ਤਕਰੀਬਨ ਜਿਹੜੀ ਨਾ 5-6 ਵਾਰੀ ਗੋਡੀ ਕੀਤੀ ਅਸੀਂ ਲਸਣ ਦੀ ਤੇ ਫਿਰ ਜਾ ਕੇ ਦੇਖੋ ਲਸਣ ਕਿਦਾਂ ਨਾ ਹੋਇਆ ਵਾ ਤੇ ਲਸਣ ਦੇ ਭਾਈ ਸਾਹਿਬ ਜਿਹੜੀ ਨਾ ਬਹੁਤ ਜ਼ਿਆਦਾ ਮਿਹਨਤ ਹੁੰਦੀ ਆ ਜਿੰਨੀ ਤੁਸੀਂ ਗੋਡੀ ਕਰੋਗੇ ਨਾ ਓਨਾ ਹੀ ਲਸਣ ਦੀ ਜਿਹੜੀ ਪੈਦਾਵਾਰ ਜ਼ਿਆਦਾ ਹੋਏਗੀ ਤੇ ਅਸੀਂ ਤਕਰੀਬਨ 5-6 ਵਾਰੀ ਗੋਡੀ ਕੀਤੀ ਆ ਤੇ ਬਹੁਤ ਹੀ ਜ਼ਿਆਦਾ ਭਾਈ ਸਾਹਿਬ ਮਿਹਨਤ ਹੁੰਦੀ ਆ ਤੇ ਅਗਰ ਤੁਸੀਂ ਵੀ ਲਸਣ ਲਾਇਆ ਵਾ ਘਰ ਦੇ ਵਿੱਚ ਤੇ ਜਿਆਦਾ ਤੋਂ ਜਿਆਦਾ ਗੋਡੀ ਕਰੋ ਇਹਨੂੰ ਸਿਰਫ ਗੋਡੀ ਦੀ ਜ਼ਰੂਰਤ ਹੁੰਦੀ ਆ ਹੋਰ ਕਿਸੇ ਸ਼ਾਇਦ ਹੀ ਨਹੀਂ ਜਾਂ ਫਿਰ ਪਾਣੀ ਦੀ ਤੇ ਉਹ ਪਾਣੀ ਤੇ ਲੱਗਦਾ ਹੀ ਰਹਿੰਦਾ ਵਾ ਤੇ ਜਿਆਦਾ ਤੋਂ ਜਿਆਦਾ ਜਿਹੜੀ ਗੋਡੀ ਕਰੋ ਤੇ ਦੂਜੀ ਗੋਡੀ ਤੇ ਜਿਹੜਾ ਨਾ ਇਹਨੂੰ ਸਵਾਹ ਪਾਓ ਮਤਲਬ ਜਿਹੜੀ ਆਪਾਂ ਚੁੱਲਿਆਂ ਚੋਂ ਸਵਾਹ ਕੱਢੀ ਦੀ ਆ ਉਹ ਪਾਓ ਤੇ ਖਾਦ ਵੀ ਤੁਸੀਂ ਸਿੱਟ ਸਕਦੇ ਆ ਲੇਕਿਨ ਖਾਦ ਜਿਹੜੀ ਨਾਰਮਲ ਸਿੱਟਣੀਆਂ ਜ਼ਿਆਦਾ ਨਹੀਂ ਮਤਲਬ ਹਲਕੀ ਹਲਕੀ ਜਿਹੜੀਆਂ ਛੱਟਾ ਰੋਣਾ ਤੇ ਬਾਕੀ ਜਿਆਦਾ ਤੋਂ ਜਿਆਦਾ ਗੋਡੀ ਕਰੋ ਜਿੰਨੀ ਗੋਡੀ ਕਰੂਗੇ ਓਨੀ ਠੱਡੀ ਨਾ ਲਸਣ ਦੀ ਪੈਦਾਵਾਰ ਜ਼ਿਆਦਾ ਹੋਏਗੀ ਓਨੀ ਗੰਡੀ ਜਿਹੜੀ ਆ ਮੋਟੀ ਹੋ दोस्तों फिर अगे आई सौंफ एगींफ और अगे आ है मेथे एक होंगी मेथी ए है मेथे ए देखो अगे दोस्तों आदि है अलसी माशाल्लाह व्यू चेक करो दोस्तों माशाल्लाह कलर चेक करो पर्पल कलर है फूलों का पर्पल कलर है माशाल्लाह देखो दोस्तो अल्लाख की कुदरत और तो नेमता चेक करो देखो माशा ਤੁਮ ਆਪਣੇ ਪਰਵਰਦੀگار ਕੀ ਕੌਨ ਕੌਨ ਸੀ ਨੀਮਤਾਂ ਕੋ ਜੁਟਲਾਓਗੇ ਦੇਖੋ ਦੋਸਤੋ ਮਾਸ਼ਾਅੱਲਾ ਐ ਦੇਖੋ ਅੱਜ ਦੀ ਵੀਡੀਓ ਕਰਦਾ ਇੱਥੇ ਖਤਮ ਤੇ ਭਾਈ ਸਾਹਿਬ ਗਰਮੀ ਬਹੁਤ ਹੀ ਜ਼ਿਆਦਾ ਵਾ ਤੇ ਮਿਲਦੇ ਆਂ ਅਗਲੀ ਮਜ਼ੇਦਾਰ ਵੀਡੀਓ ਦੇ ਵਿੱਚ ਦੁਆਵਾਂ ਵਿੱਚ ਯਾਦ ਰੱਖਣਾ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਔਰ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਜਿਹੜੀ ਨਵੀਂ ਵੀਡੀਓ ਆਏਗੀ ਸਭ ਤੋਂ ਪਹਿਲੇ ਤੁਹਾਡੇ ਕੋਲ ਪਹੁੰਚੇਗੀ ਅੱਲਾ ਹਫਿਜ਼ ਓਕੇ ਬਾਏ Stranded in the open. Dry